ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜਿਹੇ ਪਲੇਟਫਾਰਮ ਤੇ। ਤੇ ਇੱਕ ਤੁਹਾਡੇ ਨਾਲ ਇੰਪੋਰਟੈਂਟ ਜੀ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ, ਜੋ ਕਿ ਮਤਲਬ ਬਹੁਤ ਮਾੜੀ ਗੱਲ ਹੈ, ਠੀਕ ਹੈ। ਔਰ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਭਾਈ, ਅਗਰ ਤੁਸੀਂ ਪੜ੍ਹਾਈ ਕਰਦੇ ਹੋ ਤਾਂ ਇਮਾਨਦਾਰੀ ਬਹੁਤ ਜ਼ਰੂਰੀ ਹੈ, ਠੀਕ ਹੈ। ਕੀ ਗੱਲ ਹੈ ਉਹ ਮੈਂ ਤੁਹਾਨੂੰ ਦੱਸਦਾ ਹੈ। ਦੇਖੋ, ਕੋਈ ਜੀ ਅਕੈਡਮੀ ਹੈਗੀ ਹੈ ਜੋ ਤੁਹਾਨੂੰ ਪ੍ਰਿੰਟੇਬਲ PDF ਦਿੰਦੀ ਹੈ, ਠੀਕ ਹੈ। ਹੁਣ ਦੇਣ ਲੱਗ ਗਈਆਂ ਹੋਵੇ ਤਾਂ ਪਤਾ ਨਹੀਂ, ਬਟ ਆਪਾਂ ਸਟਾਰਟਿੰਗ ਤੋਂ ਹੀ ਪ੍ਰਿੰਟੇਬਲ PDFs ਦਿੰਦੇ ਸੀਗੇ। ਕਈ ਅਕੈਡਮੀਆਂ ਹੈਗੀਆਂ ਜਿਹੜੀਆਂ PPT ਜੋ ਪੜ੍ਹਾਉਂਦੀਆਂ ਨੇ ਉਸੇ ਨੂੰ ਸੇਵ ਕਰਕੇ ਉਹਨਾਂ ਦਾ PDF ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿੰਦੇ ਆ। ਲੇਕਿਨ ਆਪਾਂ ਜੋ ਕਲਾਸਾਂ ਦੇ ਵਿੱਚ ਥਿਓਰਟੀਕਲ ਵੇ ਨਾਲ ਪੜ੍ਹਾਉਂਦੇ ਹਾਂ, ਆਪਾਂ ਉਹਦੀ PDF ਪ੍ਰੋਵਾਈਡ ਕਰਦੇ ਹਾਂ ਤਾਂ ਕਿ ਤੁਸੀਂ ਪ੍ਰਿੰਟ ਆਊਟ ਕਢਾ ਸਕੋ ਔਰ ਤੁਸੀਂ ਆਪਣੀ ਪ੍ਰਿੰਟ ਆਊਟ ਕਢਵਾ ਕੇ ਆਪਣਾ ਵਧੀਆ ਤਰੀਕੇ ਨਾਲ ਸਟੱਡੀ ਕਰ ਸਕੋ। ਬਟ ਮਤਲਬ ਅਗਰ ਅਸੀਂ PDF ਪ੍ਰੋਵਾਈਡ ਕਰਦੇ ਹਾਂ ਤਾਂ ਇਹਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ PDF ਨੂੰ ਕਿਸੇ ਵੀ ਜਗ੍ਹਾ ਸ਼ੇਅਰ ਕਰ ਦਿਓ, ਠੀਕ ਹੈ। ਮੈਂ ਸਪੈਸ਼ਲੀ ਉਹਨਾਂ ਬੱਚਿਆਂ ਨੂੰ ਕਹਿ ਰਿਹਾ ਹਾਂ ਜੋ ਇੱਦਾਂ ਦੀ ਚੋਰੀ ਕਰਦੇ ਹੈ। ਭਾਈ ਮੈਂ ਤੁਹਾਨੂੰ ਦੱਸ ਦਿੰਦਾ ਹੈ, ਤੁਸੀਂ ਚਾਹੇ 10 ਸਾਲ ਲਾ ਲਿਓ, ਅਗਰ ਬੇਈਮਾਨੀ ਨਾਲ ਤੁਸੀਂ ਪੜ੍ਹੋਗੇ ਔਰ ਬੇਈਮਾਨੀ ਨਾਲ ਇੱਦਾਂ ਦੇ ਕੰਮ ਕਰੋਗੇ, ਤੁਸੀਂ ਬੇਸ਼ੱਕ ਜੋਬ ਲੱਗ ਜਾਓ ਪਰ ਤੁਹਾਡੇ ਜੀਵਨ 'ਚ ਸਕੂਨ ਨਹੀਂ ਹੋਏਗਾ, ਠੀਕ ਹੈ। ਹੁਣ ਕਈ ਬੱਚੇ ਮੈਨੂੰ ਇੱਦਾਂ ਦੀ ਵੀ ਗੱਲ ਕਹਿਣਗੇ, ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਹੈ ਕਿ ਸਰ, PDF ਸ਼ੇਅਰ ਕਰਤੀ ਤਾਂ ਕੀ ਹੋ ਗਿਆ, ਗਰੀਬ ਬੱਚਿਆਂ ਦਾ ਭਲਾ ਹੋ ਜਾਂਦਾ ਹੈ, ਹੈ ਨਾ। ਤਾਂ ਭਾਈ ਮੈਂ ਤੁਹਾਨੂੰ ਦੱਸ ਦਿੰਦਾ, ਅਗਰ ਗੱਲ ਗਰੀਬ ਬੱਚਿਆਂ ਦੀ ਹੈ ਜਾਂ ਜਿਹਦੇ ਕੋਲ ਮਤਲਬ ਪੈਸੇ ਨਹੀਂ ਹੈ ਕੋਰਸ ਲੈਣ ਨੂੰ, ਤਾਂ ਅਸੀਂ ਫਰੀ ਆਫ ਕੋਸਟ ਸਾਡੇ ਬਹੁਤ ਜੇ ਮਤਲਬ ਸਾਰੇ ਦਾ ਸਾਰਾ ਲਗਭਗ ਡਾਟਾ ਜੋ ਹੈ ਉਹ ਅਸੀਂ ਯੂਟਿਊਬ 'ਤੇ ਫਰੀ ਕਰਾਉਂਦੇ ਹਾਂ। ਬਟ ਉਸ ਗਰੀਬ ਬੱਚੇ ਨੂੰ ਜਿਹਦੇ ਕੋਲ ਪੈਸੇ ਨਹੀਂ ਹੈ, ਉਸ 'ਚ ਮਿਹਨਤ ਕਰਨ ਦਾ ਤਾਂ ਹੁਨਰ ਹੋਣਾ ਚਾਹੀਦਾ ਹੈ। ਅਗਰ ਉਹ ਮਿਹਨਤ ਕਰ ਸਕਦਾ ਹੈ ਤਾਂ ਆਪਦੇ ਹੱਥ ਨਾਲ ਉਹ ਨੋਟਸ ਬਣਾ ਸਕਦਾ ਹੈ, ਫਿਰ ਉਹਨੂੰ PDF ਦੀ ਲੋੜ ਨਹੀਂ ਹੈ। PDF ਉਹਨਾਂ ਬੱਚਿਆਂ ਵਾਸਤੇ ਹੈ ਜਿਹੜੇ ਬੱਚੇ ਜੋਬ ਕਰਦੇ ਆ ਜਾਂ ਜੋ ਐਕਸ ਆਰਮੀ ਮੈਨ ਹੈ ਜਾਂ ਜੋ ਹਾਊਸ ਵਾਈਫ ਨੇ, ਉਹ ਬੱਚੇ ਸਾਡੇ ਕੋਲੋਂ ਪੇਡ ਕੋਰਸ ਲੈਂਦੇ ਨੇ, ਠੀਕ ਹੈ, ਔਰ ਉਹਨਾਂ ਦੀ PDF ਪ੍ਰਿੰਟ ਆਊਟ ਕਢਾਉਂਦੇ ਨੇ, ਠੀਕ ਹੈ। ਬਟ ਕਈ ਇਦਾਂ ਦੇ ਵੀ ਹੈਗੇ ਆ, ਮਤਲਬ ਮੈਂ ਉਹਨਾਂ ਨੂੰ ਗਲਤ ਲੈਂਗੁਏਜ ਨਹੀਂ ਬੋਲਣਾ ਚਾਹੁੰਦਾ, ਠੀਕ ਹੈ, ਇਦਾਂ ਦੇ ਵੀ ਕੈਂਡੀਡੇਟ ਹੈ ਜਿਨ੍ਹਾਂ ਨੇ ਸਿਰਫ ਔਰ ਸਿਰਫ ਆਪਣਾ ਧੰਦਾ ਚਲਾਇਆ ਹੋਇਆ ਹੈ ਕਿ ਅਸੀਂ ਕਿਵੇਂ ਨਾ ਕਿਵੇਂ ਕਰਕੇ ਸਟੂਡੈਂਟ ਨੂੰ ਬਰਗਰਾ ਲਈਏ, ਸਟੂਡੈਂਟ ਨੂੰ ਜੋੜ ਲਈਏ, ਔਰ ਉਹਨਾਂ ਦੇ ਮਗਰ 10-15 ਇੱਦਾਂ ਦੇ ਵੀ ਸਟੂਡੈਂਟ ਲੱਗ ਜਾਂਦੇ ਆ, ਜੋ ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਬਟ ਇੱਕਾ ਦੁੱਕਾ ਇੱਦਾਂ ਦਾ ਬੇਵਕੂਫ ਹੁੰਦਾ ਹੈ, ਠੀਕ ਹੈ। ਤਾਂ ਇਹ ਜੋ ਸਾਰੀ ਵੀਡੀਓ ਹੈ ਮੈਂ ਤੁਹਾਨੂੰ ਦੱਸੂਗਾ ਕਿਆ ਗੱਲ ਹੈ ਕਿਆ ਨਹੀਂ ਹੈ। ਤਾਂ ਭਾਈ ਇੱਦਾਂ ਦਾ ਸਾਨੂੰ ਮਜਬੂਰ ਨਾ ਕਰੋ ਕਿ ਅਸੀਂ ਵੀ PDF ਦੇਣੀਆਂ ਬੰਦ ਕਰ ਦਈਏ, ਠੀਕ ਹੈ। ਅਗਰ ਤੁਸੀਂ ਸਾਡਾ ਕੋਰਸ ਖਰੀਦਦੇ ਹੋ, ਅਸੀਂ ਕਦੇ ਜ਼ਬਰਦਸਤੀ ਨਹੀਂ ਕਹਿੰਦੇ ਕਿ ਤੁਸੀਂ ਸਾਡਾ ਕੋਰਸ ਖਰੀਦੋ। ਪੰਜਾਬ GK ਦੀ ਇੱਕ ਮੇਨ ਜੋ ਗੱਲ ਹੈਗੀ ਉਹ ਮੈਂ ਤੁਹਾਨੂੰ ਦੱਸਦਾ ਹੈ, ਪੰਜਾਬ GK ਦੀਆਂ 31-32 ਜੋ ਵੀ ਕਲਾਸਾਂ ਯੂਟਿਊਬ 'ਤੇ ਫਰੀ ਆਫ ਕੋਸਟ ਅੰਕਿਤ ਸਰ ਨੇ ਬਿਲਕੁਲ ਸੀਕੁਐਂਸ ਵਾਈਜ਼, ਬਿਲਕੁਲ ਬੇਸਿਕ ਲੈਵਲ ਤੋਂ ਲੈ ਕੇ ਜਿੰਨਾ ਕੁ ਮਤਲਬ ਡੀਪਲੀ ਪੜ੍ਹਾ ਸਕਦੇ ਉਹਨਾਂ ਪੜ੍ਹਾਇਆ ਹੋਇਆ ਹੈ, ਠੀਕ ਹੈ। ਪਰ ਕਈ ਬੱਚਿਆਂ ਨੇ ਕਿਹਾ ਸਰ ਉਹਦੀ PDF ਦੇ ਦਿਓ, ਅਸੀਂ ਕਿਹਾ ਵੀ PDF ਨਹੀਂ ਦਿੰਦੇ। ਬੱਚਿਆਂ ਨੇ ਕਿਹਾ ਸਰ ਅਸੀਂ ਪੇਡ ਵੀ ਲੈ ਲਾਂਗੇ, ਤਾਂ ਅਸੀਂ ਉਹਦੀ PDF ਬਣਾਈ ਔਰ ਸਾਡਾ ਇੱਕ ਪੇਡ ਕੋਰਸ ਚੱਲਦਾ ਹੈ, ਠੀਕ ਹੈ। ਹੁਣ ਜਿਹੜਾ ਬੱਚਾ ਮੰਨ ਲਓ ਪੈਸੇ ਨਹੀਂ ਦੇ ਸਕਦਾ, ਭਾਈ ਉਹ ਮਿਹਨਤ ਕਰ ਸਕਦਾ, ਉਹ ਫਰੀ ਆਫ ਕੋਸਟ ਯੂਟਿਊਬ 'ਤੇ ਪੜ੍ਹੇ। ਬਟ ਕਈ ਇੱਦਾਂ ਦੇ ਬੰਦੇ ਹੈਗੇ ਆ ਜਿਹੜੇ ਸਿਰਫ ਉੱਥੇ ਜਾਂਦੇ ਹੈ, 300 ਰੁਪਇਆ ਦਿੰਦੇ ਹੈ, ਕੋਰਸ ਖਰੀਦਦੇ ਔਰ ਉਸ PDF ਨੂੰ ਸ਼ੇਅਰ ਕਰ ਦਿੰਦੇ ਆ ਅਦਰ ਅਕੈਡਮੀਆਂ ਦੇ ਨਾਲ, ਅਦਰ ਟੈਲੀਗ੍ਰਾਮ ਚੈਨਲਾਂ 'ਚ ਸ਼ੇਅਰ ਕਰ ਦਿੰਦੇ ਹੈ। ਤਾਂ ਭਾਈ ਇੱਦਾਂ ਨਾ ਕਰੋ, ਠੀਕ ਹੈ। ਫਿਰ ਉਹਨਾਂ ਬੱਚਿਆਂ ਨੂੰ ਅਗਰ ਕੁਛ ਬੋਲਿਆ ਜਾਂਦਾ ਤਾਂ ਅੱਗੋਂ ਬੇਵਕੂਫ ਜੇ, ਗਧਿਆਂ ਨੂੰ ਇੰਨੀ ਵੀ ਅਕਲ ਨਹੀਂ ਹੈ। ਮੈਨੂੰ ਆਦਾ, ਮੈਂ ਬੱਚੇ ਨੂੰ ਆਖਿਆ, ਮੈਂ ਕਿਹਾ ਵਾਈ ਆਰ ਯੂ ਸ਼ੇਅਰਿੰਗ ਦਿਸ PDF ਇਨ ਦਿਸ ਗਰੁੱਪ, ਮੈਂ ਅੱਗੇ ਤੁਹਾਨੂੰ ਗਰੁੱਪ ਵੀ ਦਿਖਾਊਂਗਾ। ਤਾਂ ਮੈਨੂੰ ਇੱਕ ਜਿਮੀ ਜਿਮੀ ਨਾਮ ਦਾ, ਆਈ ਡੋਂਟ ਨੋ ਜਿਮੀ ਨਾਮ ਤੋਂ ਉਹਦਾ ਉਹ ਸੀਗਾ, ਮੈਨੂੰ ਕਹਿ ਰਿਹਾ ਬੱਚਾ, ਕਹਿ ਰਿਹਾ ਤੂੰ ਕੌਣ ਹੁੰਦਾ, ਤੂੰ ਵੀ ਤਾਂ ਕਾਪੀ ਕਰਿਆ ਹੈ, ਇਹ ਹੈ ਵੋ ਹੈ।
ਫਿਰ ਮੈਂ ਉਹਨੂੰ ਕਿਹਾ ਮੈਂ ਕਿਹਾ ਆਈ ਐਮ ਦਾ ਓਨਰ ਆਫ ਪ੍ਰਤਾਪ ਅਕੈਡਮੀ। ਫਿਰ ਉਹਨੇ ਇਮੀਡੀਏਟ ਇਫੈਕਟ ਨਾਲ ਚਲੋ ਡਿਲੀਟ ਤਾਂ ਕਰਤੀਆਂ, ਪਰ ਭਾਈ ਤੁਸੀਂ ਇਹਦਾ ਮਤਲਬ ਉਹ ਪੀਡੀਐਫਾਂ ਸ਼ੇਅਰ ਕਰਦੇ ਹੋ, ਦੋ ਇਦਾਂ ਦੇ ਚੈਨਲ ਹੈ ਮੈਂ ਤੁਹਾਨੂੰ ਦੱਸ ਦੂੰਗਾ ਬੱਚਿਆਂ ਦੇ ਮੈਸੇਜ ਆਉਂਦੇ ਹੈ, ਠੀਕ ਹੈ, ਟੈਲੀਗ੍ਰਾਮ ਚੈਨਲ ਜਿਨ੍ਹਾਂ ਵਿੱਚ ਪੀਡੀਐਫ ਸ਼ੇਅਰ ਹੋਈ ਸੀ, ਠੀਕ ਹੈ। ਦੂਜੀ ਗੱਲ ਭਾਈ, ਜੋ ਇਹ ਕੰਟੈਂਟ ਹੈ ਨਾ, ਇਹ ਕੰਟੈਂਟ ਅੰਕਿਤ ਸਰ ਨੇ ਬਹੁਤ ਜੀਆਂ ਕਿਤਾਬਾਂ ਦੇ ਵਿੱਚੋਂ, ਚਾਹੇ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਬੁੱਕ ਹੋਵੇ, ਪੰਜਾਬ ਯੂਨੀਵਰਸਿਟੀ ਦੀ ਬੁੱਕ ਹੋਵੇ, ਸਾਰੀਆਂ ਜਿੰਨੀਆਂ ਵੀ ਕੰਪੀਟੀਸ਼ਨ ਦੀਆਂ ਬੁੱਕ ਹੋਣ ਜਾਂ ਓਫੀਸ਼ੀਅਲੀਆਂ ਪੰਜਾਬ ਦੀਆਂ ਸਾਈਟਾਂ ਹੋਣ, ਠੀਕ ਹੈ, ਪ੍ਰੀਵੀਅਸ ਈਅਰ ਜੋ ਪੇਪਰ ਹੈ ਉਹਨਾਂ ਸਾਰਿਆਂ ਨੂੰ ਐਨਾਲਾਈਜ਼ ਕਰਕੇ ਫਿਰ ਕੰਟੈਂਟ ਤਿਆਰ ਕਰਿਆ ਜਾਂਦਾ ਹੈ। ਜਿਸ ਕੰਟੈਂਟ ਨੂੰ ਤੁਸੀਂ ਐਵੇਂ ਬੇਫਿਕਰ ਹੋ ਕੇ ਸ਼ੇਅਰ ਕਰ ਦਿੰਦੇ ਹੋ, 300 ਰੁਪਏ 'ਚ ਲੈ ਕੇ ਬਾਕੀਆਂ ਨੂੰ ਵੇਚ ਦਿੰਦੇ ਹੋ ਜਾਂ ਬਾਕੀਆਂ ਨਾਲ ਸ਼ੇਅਰ ਕਰ ਦਿੰਦੇ ਹੋ ਸਿਰਫ ਆਪਣੀ ਐਵੇਂ ਧਾਕ ਜਮਾਉਣ ਵਾਸਤੇ, ਮਿਹਨਤ ਕਰੋ ਨਾ, ਸਿਲੈਕਸ਼ਨ ਲਿਓ, ਠੀਕ ਹੈ, ਮਿਹਨਤ ਤੁਹਾਡੇ ਪੱਲੇ ਨਹੀਂ ਹੈ, ਤੁਸੀਂ ਇਹੀ ਕੰਮ ਕਰਨਾ ਹੈ, ਠੀਕ ਹੈ। ਦੂਜਾ ਟੈਲੀਗ੍ਰਾਮ ਚੈਨਲ ਬਣਾ ਲਏ, ਉਹਦੇ ਵਿੱਚ ਪੜ੍ਹਾਈ ਕੰਮ ਬਕਵਾਸ ਜ਼ਿਆਦਾ ਹੋ ਰਹੀ ਹੈ, ਉਹ ਟੈਲੀਗ੍ਰਾਮ ਚੈਨਲ ਨੂੰ ਵੀ ਮੈਂ ਦੇਖਿਆ, ਠੀਕ ਹੈ, ਪਰ ਸਾਨੂੰ ਆਪਾਂ ਨੂੰ ਇਹਦੇ ਨਾਲ ਕੋਈ ਮਤਲਬ ਨਹੀਂ। ਹੋ ਸਕਦਾ ਹੈ ਤੁਸੀਂ 10 ਮਿੰਟ ਉਹਦੇ ਵਿੱਚ ਗੱਲਾਂ ਕਰਦੇ ਹੋਣੇ, ਕੋਈ ਗੱਲ ਨਹੀਂ ਭਾਈ, ਤੁਸੀਂ ਮਿਹਨਤੀ ਹੋਣੇ, ਪਰ ਭਾਈ ਸਾਡਾ ਕੰਟੈਂਟ ਲੀਕ ਕਰਨ ਦਾ ਤੁਹਾਨੂੰ ਕੋਈ ਹੱਕ ਨਹੀਂ ਹੈ, ਠੀਕ ਹੈ। ਨਹੀਂ ਮੈਂ ਸਟ੍ਰਿਕਟਲੀ ਲੀਗਲ ਐਕਸ਼ਨ ਲਊਂਗਾ, ਮੈਂ ਪੱਕੀ ਗੱਲ ਹੈ, ਠੀਕ ਹੈ, ਮੈਂ ਉਦੋਂ ਵੀ ਕੰਪਲੇਨ ਕਰ ਸਕਦਾ ਸੀ, ਪਰ ਪਤਾ ਗੱਲ ਕੀ ਆਉਂਦੀ ਹੈ ਵੀ ਛੱਡੋ ਭਰਾ, ਇੱਕ ਅੱਧੇ ਬੱਚੇ ਦੀ ਬੇਵਕੂਫੀ ਕਰਕੇ ਕਿਉਂ ਆਪਾਂ ਸਾਰਿਆਂ ਦਾ ਨੁਕਸਾਨ ਕਰੀਏ, ਠੀਕ ਹੈ। ਤਾਂ ਮੇਨ ਜੋ ਇਹ ਗੱਲ ਹੈਗੀ ਹੈ, ਕੰਟੈਂਟ ਲੀਕ ਕਰਨ ਵਾਲੇ ਇਹ ਸਾਰੇ ਸੁਣ ਲਓ ਗੱਲ। ਦੂਜਾ, ਕੰਟੈਂਟ ਨੂੰ ਚੋਰੀ ਨਾ ਕਰੋ ਭਾਈ, ਹੱਥ ਜੋੜ ਕੇ ਬੇਨਤੀ ਹੈ ਤੁਹਾਡੀ, ਠੀਕ ਹੈ, ਤੁਹਾਡੇ ਨਾਲ, ਠੀਕ ਹੈ। ਹੁਣ ਮੈਂ ਉਸ ਚੈਨਲ ਦਾ ਨਾਮ ਦੱਸ ਦਿੰਦਾ, ਆ ਜਾਓ, ਆਹ ਚੈਨਲ ਹੈਗਾ ਟੈਲੀਗ੍ਰਾਮ ਚੈਨਲ, ਠੀਕ ਹੈ। ਬੇਸ਼ੱਕ ਦੇਖੋ ਇਮਾਨਦਾਰੀ ਨਾਲ ਅਗਰ ਤੁਸੀਂ ਹੈ ਨਾ ਇਸ ਤਰੀਕੇ ਨਾਲ ਪੰਜਾਬ ਇਗਜ਼ਾਮ ਕੋਈ ਡਿਸਕਸ਼ਨ, ਠੀਕ ਹੈ, 1700-1800 ਇਹਦੇ ਉਹ ਚੈਨਲ ਹੈ, 200 ਔਨਲਾਈਨ ਸੀਗੇ, ਆ ਰਹੀ ਉਹ ਪੰਜਾਬ GK ਦੀਆਂ ਸਾਰੀਆਂ PDFਾਂ ਜਿਹੜੀਆਂ ਇਸ ਬੰਦੇ ਨੇ ਸ਼ੇਅਰ ਕਰੀਆਂ ਸੀ, ਠੀਕ ਹੈ। ਮੈਂ ਇਹਨੂੰ ਮਤਲਬ ਕਿਹਨੇ ਹੱਕ ਦਿੱਤਾ ਸੀ ਸਾਡਾ ਪੇਡ ਕੰਟੈਂਟ ਸ਼ੇਅਰ ਕਰਨ ਦਾ, ਠੀਕ ਹੈ। ਮੈਂ ਫਿਰ ਵੀ ਅਸੀਂ ਚਲੋ ਕੋਈ ਨਾ ਯਾਰ, ਸਾਨੂੰ ਕਿਆ ਮਤਲਬ ਹੈ, ਸਾਡੀ ਕਿਸਮਤ ਹੈ, ਸਾਡੀ ਮਿਹਨਤ ਨਹੀਂ ਖੋ ਕੇ ਲੈ ਗਏ, ਪਰ ਭਾਈ ਅਗਰ ਸਾਡਾ ਉਹ ਕੰਟੈਂਟ ਪੇਡ ਹੈਗਾ ਤਾਂ ਇਹਦਾ ਕੋਈ ਮਤਲਬ ਨਹੀਂ ਸੀ। ਅਗਰ ਇਹਨੂੰ ਜ਼ਰੂਰਤ ਸੀ, ਇਹ ਸਾਡੇ ਇਹ 2 ਨੰਬਰਾਂ 'ਤੇ ਕੋਲ ਕਰਦਾ, ਠੀਕ ਹੈ, ਇਹਨੂੰ ਜ਼ਰੂਰਤ ਸੀ ਕਿ ਸਰ ਇੱਦਾਂ ਦੇ ਲੋੜਵੰਦ ਸਟੂਡੈਂਟ ਹੈਗੇ ਆ, ਔਰ ਹੈਗੇ ਆ, ਤਾਂ ਇਹਨੂੰ ਅਸੀਂ ਰਾਹ ਦਿਖਾਉਂਦੇ, ਬੇਸਿਕ ਅਸੀਂ ਉਹਨੂੰ ਕੋਰਸ 'ਚ ਐਡ ਕਰਦੇ ਜਾਂ ਉਸ ਨੂੰ PDF ਦਿੰਦੇ, ਅਸੀਂ ਆਪਣੇ ਹੱਥੋਂ ਦਿੰਦੇ, ਪਰ ਵਿਦਆਊਟ ਸਾਡੀ ਬਿਨਾਂ ਮਤਲਬ ਸਾਨੂੰ ਇਨਫੋਰਮ ਕੀਤੇ ਇਹਨੂੰ ਕੋਈ ਮਤਲਬ ਨਹੀਂ ਸੀ ਸ਼ੇਅਰ ਕਰਨ ਦਾ। ਅੱਗੇ ਤੋਂ ਅਗਰ ਇੱਦਾਂ ਦਾ ਕੋਈ ਹੋਇਆ, ਪਹਿਲੀ ਗੱਲ ਤਾਂ ਮੈਂ ਇਹਦੇ ਖਿਲਾਫ ਲੀਗਲ ਐਕਸ਼ਨ ਜ਼ਰੂਰ ਲਊਂਗਾ, ਮੈਂ ਅੱਜ ਕੰਪਲੇਨ ਕਰੂੰਗਾ, ਠੀਕ ਹੈ। ਦੂਜੀ ਗੱਲ, ਅਗਰ ਕੋਈ ਵੀ ਬਈ ਟੈਲੀਗ੍ਰਾਮ ਚੈਨਲ, ਇੱਕ ਹੋਰ ਟੈਲੀਗ੍ਰਾਮ ਚੈਨਲ ਹੈਗਾ, ਕਿਉਂਕਿ ਅਗਰ ਇੱਥੇ ਸ਼ੇਅਰ ਕਰਤਾ ਤਾਂ ਇਹ ਜਿਹੜੇ 1700-1800 ਇਹਨਾਂ ਨਾਲ ਹੋਰ ਬੱਚੇ ਜੁੜ ਜਾਣਗੇ, ਠੀਕ ਹੈ, ਤਾਂ ਕਰਕੇ ਸਾਨੂੰ ਕੋਈ ਲੋੜ ਨਹੀਂ ਹੈ। ਪਰ ਮੈਂ ਇਹਨੂੰ ਸਟ੍ਰਿਕਟਲੀ ਕਹਿ ਦਿੰਦਾ ਹੈ ਭਾਈ, ਠੀਕ ਹੈ, ਤੁਸੀਂ ਚਾਹੇ ਰਾਜ਼ੀ ਰਹੋ ਚਾਹੇ ਗੁੱਸੇ ਰਹੋ। ਹੁਣ ਕਈ ਬੱਚੇ ਕਹਿੰਦੇ ਸਰ PDF ਸ਼ੇਅਰ ਕਰਤੀ ਤਾਂ ਕੀ ਹੋ ਗਿਆ, ਗਰੀਬਾਂ ਦਾ ਭਲਾ ਹੋ ਜਾਂਦਾ। ਮੈਂ ਤੁਹਾਨੂੰ YouTube ਖੋਲ ਕੇ ਦਿਖਾ ਦਿੰਦਾ ਹੈ ਭਾਈ, ਪੂਰੀ ਦੀ ਪੂਰੀ ਜੋ ਪਲੇਲਿਸਟ ਹੈ ਸਾਡੇ YouTube ਚੈਨਲ ਤੇ ਜਾਇਓ, ਪ੍ਰਤਾਪ ਅਕੈਡਮੀ ਲਿਖਿਓ, ਉੱਥੇ ਪੰਜਾਬ GK ਲਿਖ ਦਿਓ, ਪੰਜਾਬ GK ਆ ਪ੍ਰਤਾਪ ਅਕੈਡਮੀ ਦਾ, ਉਹਨੂੰ ਚੈਨਲ ਨੂੰ ਸਬਸਕ੍ਰਾਈਬ ਕਰਕੇ ਪ੍ਰਤਾਪ ਅਕੈਡਮੀ ਦੀ ਪੰਜਾਬ GK ਲਿਖ ਦਿਓ, ਪੂਰੀ ਦੀ ਪੂਰੀ ਲਿਸਟ ਆਜੂਗੀ। ਅਗਰ ਤੁਸੀਂ ਮਿਹਨਤੀ ਹੋਵੋਗੇ, ਬੇਸ਼ੱਕ ਤੁਹਾਡੇ ਕੋਲ ਪੈਸਾ ਨਹੀਂ ਹੈ, ਤੁਸੀਂ ਕੋਰਸ ਨਹੀਂ ਖਰੀਦ ਸਕਦੇ, ਬਟ ਅਗਰ ਤੁਸੀਂ ਮਿਹਨਤੀ ਹੋ ਤਾਂ ਇਹ PDF ਦੀ ਤੁਹਾਨੂੰ ਲੋੜ ਨਹੀਂ ਹੈ। ਪਰ ਇਹ ਇੱਦਾਂ ਦੇ ਗੰਦੇ ਕੰਮ, ਇੱਦਾਂ ਦੇ ਮਾੜੇ ਕੰਮ ਨਾ ਕਰੋ ਭਾਈ, ਮੈਂ ਤੁਹਾਨੂੰ ਪਹਿਲਾਂ ਕਹਿ ਰਿਹਾ ਹਾਂ। ਮੈਂ ਐਵੇਂ ਨਹੀਂ ਕਹਿ ਰਿਹਾ ਪ੍ਰਤਾਪ ਅਕੈਡਮੀ ਦਾ, ਕਿਸੇ ਵੀ ਅਕੈਡਮੀ ਦਾ ਅਗਰ ਤੁਸੀਂ ਪੇਡ ਕੰਟੈਂਟ ਬਿਨਾਂ ਉਹਨਾਂ ਤੋਂ ਪੁੱਛੇ ਸ਼ੇਅਰ ਕਰਦੇ ਹੋ, ਤੁਹਾਡੇ ਵਰਗਾ ਬੇਈਮਾਨ ਬੰਦਾ ਨਹੀਂ ਹੈ, ਠੀਕ ਹੈ। ਤੁਹਾਨੂੰ ਕਿਆ ਪਤਾ ਇੱਕ ਅਕੈਡਮੀ ਦੇ ਵਿੱਚ ਇਹ ਕੰਟੈਂਟ ਬਣਾਉਣ 'ਚ ਕਿੰਨੀ ਮਿਹਨਤ ਲੱਗੀ ਹੋਣੀ, ਤੁਹਾਡੇ ਲਈ ਉਹ ਸਿਰਫ ਇਹ 30 ਕਲਾਸਾਂ, ਤੇਰੇ ਲਈ ਤਾਂ 10 ਮਿੰਟ ਵੀ ਨਹੀਂ ਲੱਗੇ, ਤੂੰ ਜੋ ਵੀ ਹੈ। ਮੈਂ ਹੁਣ ਮੈਂ ਤੈਨੂੰ ਕਿਆ ਕਹਾਂ,
ਤੈਨੂੰ ਤਾਂ 2 ਮਿੰਟਾਂ ਵੀ ਨਹੀਂ ਲੱਗੀਆਂ ਇਹ ਸ਼ੇਅਰ ਕਰਦੇ ਹੋਏ, ਜਿਸ ਇਸ ਕੰਟੈਂਟ ਨੂੰ ਤਿਆਰ ਕਰਨ ਵਿੱਚ 80 ਦਿਨ ਲੱਗੇ ਸੀ ਅੰਕਿਤ ਸਰ ਨੂੰ, ਸਮਝ ਆ ਗਈ ਹੈ, ਜਿਹਨੂੰ ਤੂੰ ਐਵੇਂ ਸ਼ੇਅਰ ਕਰਤਾ ਕਦੇ ਨਾ ਆਉਣ ਤਾਂ, ਠੀਕ ਹੈ ਭਾਈ, ਤਾਂ ਕਰਕੇ ਗੁੱਸਾ ਨਾ ਦਵਾਓ, ਕੋਈ ਫਾਇਦਾ ਨਹੀਂ ਹੈ, ਠੀਕ ਹੈ, ਨਾ ਹੀ ਮੈਂ ਤੈਨੂੰ ਮਾੜਾ ਬੋਲਣਾ ਚਾਹੁੰਦਾ। ਔਰ ਅਗਰ ਇੱਕ ਹੋਰ ਮੈਂ ਤੈਨੂੰ ਗੱਲ ਕਹਿ ਦਿੰਦਾ ਹੈ ਸਿੰਪਲ ਜੀ, ਜਿਵੇਂ ਉਹ ਮੁੰਡੇ ਨੇ ਕਿਹਾ ਸੀ ਤੈਨੂੰ ਕੀ ਹੈ, ਤੈਨੂੰ ਕੀ ਹੈ, ਆ ਲੈ ਮੈਨੂੰ ਕੁਛ ਨਹੀਂ ਹੈ, ਆਹ ਮੇਰਾ ਨੰਬਰ ਹੈ ਲਾਲੜੂ, ਠੀਕ ਹੈ, ਚੰਡੀਗੜ੍ਹ ਅੰਬਾਲਾ ਹਾਈਵੇ ਪੈਂਦਾ ਹੈ, ਚੰਡੀਗੜ੍ਹ ਔਰ ਅੰਬਾਲਾ ਸਾਡਾ ਹਾਈਵੇ ਪੈਂਦਾ ਹੈ, ਨਾਮ ਹੈ ਮੇਰਾ ਦੀਪ, ਚਾਹੇ ਡੇਰਾ ਬੱਸੀ, ਚਾਹੇ ਲਾਲੜੂ, ਚਾਹੇ ਅੰਬਾਲਾ, ਅਗਰ ਤੇਰੇ 'ਚ ਜਿਵੇਂ ਬੋਲਣ ਦੇ ਢੰਗ 'ਚ ਗਰਮੀ ਸੀਗੀ, ਆਹ ਨੰਬਰ ਹੈ, ਆਹ ਸਾਡਾ ਐਡਰੈਸ ਹੈ, ਡਿਸਟ੍ਰਿਕਟ ਪੈਂਦੀ ਹੈ ਮੋਹਾਲੀ, ਜਿੱਦਣ ਮਰਜ਼ੀ ਇੱਥੇ ਆ ਕੇ ਫੋਨ ਕਰਦੀ ਜਾਂ ਮੈਨੂੰ ਕਹਿੰਦੀ ਮੈਂ ਉੱਥੇ ਆ ਜਾਊਂਗਾ, ਉਹ ਗਰਮੀ ਵੀ ਆਪਾਂ ਮੂੰਹ ਧੋਰੀ ਕੱਢ ਲਾਂਗੇ, ਕੋਈ ਦਿੱਕਤ ਨਹੀਂ ਹੈ। ਤਾਂ ਕਰਕੇ ਜਿਹੜਾ ਪ੍ਰੋਫੈਸ਼ਨ ਹੈ ਨਾ, ਸਾਨੂੰ ਟੀਚਰ ਦੇ ਪ੍ਰੋਫੈਸ਼ਨਾਂ 'ਚ ਰਹਿਣ ਦਿਓ, ਗਲਤ ਮਲਤ ਨਾ ਬੋਲੋ, ਸਾਨੂੰ ਕਦੇ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ, ਤੁਸੀਂ ਤੁਹਾਡੀ ਜਿੰਨੀ ਕੁ ਉਹ ਹੈਗੀ ਆ ਪੜ੍ਹਨ ਦੀ ਹੈਸੀਅਤ ਤੁਸੀਂ ਪੜ੍ਹੋ, ਠੀਕ ਹੈ, ਫਾਲਤੂ ਬੋਲਣ ਦੀ ਲੋੜ ਨਹੀਂ ਹੈ, ਸਮਝ ਆ ਗਈ ਹੈ। ਆ ਐਡਰੈਸ ਵੀ ਲਿਖਤਾ, ਜਦੋਂ ਮਰਜ਼ੀ ਜਿੱਥੇ ਮਰਜ਼ੀ ਜਿਵੇਂ ਮਰਜ਼ੀ ਕੋਲ ਕਰ ਲਈ, ਕੋਈ ਦਿੱਕਤ ਨਹੀਂ ਹੈ, ਠੀਕ ਹੈ। ਅਗਰ ਜੇ ਗੱਲ ਗਰਮੀ ਵਾਲੀ ਕਰਨੀ ਸੀ, ਬਦਤਮੀਜ਼ਾ ਮੈਂ ਤੈਨੂੰ ਕਿਹਾ ਮੇਰੇ, ਮੈਨੇ ਇਸ ਕੋ ਇਹ ਕਾਮ ਹੈ ਕਿ ਤੂੰਨੇ ਸ਼ੇਅਰ ਕਿਉਂ ਕੀਆ, ਆਗੇ ਸੇ ਕਹਿ ਰਿਹਾ ਤੂੰ ਕੌਣ ਹੁੰਦਾ ਜਾਂ ਤੂੰ ਕਰ ਲਈ ਜੋ ਤੇਥੋਂ ਹੁੰਦਾ ਹੈ, ਉਹ ਜੇ ਅਗਰ ਤੂੰ ਐਡਾ ਹੀ ਵੱਡਾ ਦਲੇਰ ਹੈ ਤਾਂ ਆਮਣੋ ਸਾਹਮਣੇ ਆ ਕੇ ਗੱਲ ਕਰਨਾ, ਠੀਕ ਹੈ, ਫਿਰ ਮੈਂ ਤੈਨੂੰ ਦੱਸ ਦੂੰਗਾ। ਤਾਂ ਕਰਕੇ ਭਾਈ ਸਾਰਿਆਂ ਨੂੰ ਇੱਕੋ ਹੀ ਰਿਕੁਐਸਟ ਹੈ, ਹੰਬਲੀ ਰਿਕੁਐਸਟ ਹੈ, ਠੀਕ ਹੈ, ਇੱਦਾਂ ਦਾ ਕੰਮ ਨਾ ਕਰੋ ਪਲੀਜ਼, ਬਹੁਤ ਇਮਾਨਦਾਰੀ ਨਾਲ। ਅਗਰ ਤੁਹਾਨੂੰ ਲੱਗਦਾ ਕਿ ਸਰ ਤੁਸੀਂ ਇਹ ਚੀਜ਼ਾਂ ਨਹੀਂ ਪੜ੍ਹਾਈਆਂ, ਮੈਂ ਇਮਾਨਦਾਰੀ ਨਾਲ ਪੜ੍ਹਾਊਂਗਾ, ਤੁਹਾਨੂੰ ਲੱਗਦਾ ਅੰਕਿਤ ਸਰ ਨੇ ਇਹ ਚੀਜ਼ਾਂ ਨਹੀਂ ਕਰਾਈਆਂ, ਯੂਟਿਊਬ 'ਤੇ ਆਪਾਂ ਫਰੀ ਆਫ ਪੋਸਟ ਕਰਾ ਦਾਂਗੇ, ਪਰ ਭਾਈ ਇੱਦਾਂ ਦੀ ਬੇਈਮਾਨੀ ਨਾ ਕਰੋ, ਇੱਦਾਂ ਦੀ ਬੇਈਮਾਨੀ ਨਾਲ ਮੈਂ ਤੁਹਾਨੂੰ ਕਹਿ ਰਿਹਾ ਹਾਂ ਤੁਹਾਡਾ ਸਿਲੈਕਸ਼ਨ ਬਿਲਕੁਲ ਵੀ ਨਹੀਂ ਹੋਣਾ। ਚਲੋ ਬੇਈਮਾਨੀ ਤੁਹਾਡੇ ਅੰਦਰ ਹੀ ਭਰੀ ਵੀ ਹੈ, ਤੁਸੀਂ ਸਿਲੈਕਸ਼ਨ ਵੀ ਲੈ ਲਉਂਗੇ ਤਾਂ ਜੀਵਨ 'ਚ ਸਕੂਨ ਨਹੀਂ ਮਿਲਣਾ ਭਾਈ, ਸਮਝ ਆ ਗਈ ਹੈ। ਕਰਨ ਵੀ ਬਹੁਤ ਵੱਡਾ ਮਹਾਰਥੀ ਸੀਗਾ, ਪਰ ਜਦੋਂ ਐਂਡ ਟਾਈਮ ਆਇਆ ਨਾ, ਉਦੋਂ ਉਹ ਵੀ ਵਿੱਦਿਆ ਭੁੱਲ ਗਏ ਸੀ, ਕਿਉਂਕਿ ਭਗਵਾਨ ਪਰਸ਼ੂਰਾਮ ਜੀ ਨੇ ਉਹਨਾਂ ਨੂੰ ਸਰਾਪ ਦਿੱਤਾ ਸੀ ਕਿ ਜਦੋਂ ਤੈਨੂੰ ਬਹੁਤ ਲੋੜ ਹੋਊਗੀ ਨਾ, ਇਹ ਤੂੰ ਮੈਨੂੰ ਧੋਖਾ ਦੇ ਕੇ ਵਿੱਦਿਆ ਪ੍ਰਾਪਤ ਕਰੀਏ, ਬੇਸ਼ੱਕ ਤੂੰ ਕਿੱਡਾ ਵੀ ਸੱਚਾ ਹੈਗਾ, ਸਮਝ ਆ ਗਈ ਹੈ, ਪਰ ਤੂੰ ਇਹ ਵਿੱਦਿਆ ਭੁੱਲ ਜਾਏਗਾ, ਤਾਂ ਇੱਦਾਂ ਦੀ ਬੇਈਮਾਨੀ ਨਾ ਕਰੋ, ਠੀਕ ਹੈ, ਹੰਬਲੀ ਤੁਹਾਡੇ ਨਾਲ ਰਿਕੁਐਸਟ ਹੈਗੀ ਆ ਭਾਈ, ਠੀਕ ਹੈ। ਔਰ ਅਗਰ ਤੁਹਾਨੂੰ ਕੋਈ ਕਹਿੰਦਾ ਹੈ ਤਾਂ ਬਦਤਮੀਜ਼ੀ ਵੀ ਨਾ ਕਰੋ ਕਿਸੇ ਨਾਲ, ਠੀਕ ਹੈ। ਸੋ ਥੈਂਕ ਯੂ, ਆ ਰਿਕੁਐਸਟ ਹੈਗੀ ਆ ਬਈ, ਪਲੀਜ਼ ਲੀਕ ਨਾ ਕਰੋ, ਕਿਸੇ ਵੀ ਅਕੈਡਮੀ ਦਾ ਕੰਟੈਂਟ ਲੀਕ ਨਾ ਕਰੋ, ਚਾਹੇ ਬੇਸ਼ੱਕ ਉਹ ਪ੍ਰਤਾਪ ਅਕੈਡਮੀ ਹੈ ਜਾਂ ਅਦਰ ਕੋਈ ਵੀ ਪੰਜਾਬ ਦੀ ਅਕੈਡਮੀ ਹੈ। ਥੈਂਕ ਯੂ ਸੋ ਮੱਚ।